ਫੇਸਬੁੱਕ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦਾ ਦਿਨ ਅੰਮ੍ਰਿਤਸਰ ਦੇ ਵਿੱਚ ਸੀਗਾ ਤੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਮੁਲਾਕਾਤ ਹੋਈ। ਬਹੁਤ ਸਾਰੇ ਸਟੂਡੈਂਟਸ ਦੇ ਵੱਖਰੇ ਵੱਖਰੇ ਕੁਐਸਚਨਸ। 14 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ, ਬਟ 14 ਸਾਲਾਂ ਦੇ ਵਿੱਚ ਕੋਈ ਵੀ ਦਿਨ ਇਦਾਂ ਦਾ ਨਹੀਂ ਨਿਕਲਿਆ ਕਿ ਜਦੋਂ ਸਟੂਡੈਂਟ ਨੇ ਆ ਕੇ ਨਵਾਂ ਸਵਾਲ ਨਾ ਪੁੱਛਿਆ ਹੋਏ। ਨਵਾਂ ਐਕਸਪੀਰੀਅੰਸ, ਰੋਜ਼ ਨਵਾਂ ਪ੍ਰੋਫਾਈਲ, ਹਰ ਤਰ੍ਹਾਂ ਦੇ ਸਵਾਲ, ਹਰ ਤਰ੍ਹਾਂ ਦੇ ਡਾਊਟਸ ਰੈਗੂਲਰ ਬੇਸਿਸ ਤੇ ਸਟੂਡੈਂਟਸ ਦੇ ਡੀਲ ਕਰਨ ਦੇ ਵਿੱਚ ਇਟ ਇਜ਼ ਅ ਚੈਲੰਜ, ਇਟ ਇਜ਼ ਇੰਟਰਸਟਿੰਗ, ਬਟ ਰੋਜ਼ ਤੁਸੀਂ ਕੁਛ ਨਾ ਕੁਛ ਨਵਾਂ ਦੱਸਦੇ ਹੋ, ਨਵਾਂ ਸਿੱਖਦੇ ਹੋ। ਸੋ ਇਸੇ ਕਰਕੇ ਪਿਛਲੇ ਲਾਈਵ ਦੇ ਵਿੱਚ ਕਿਹਾ ਸੀਗਾ ਕਿ ਸਾਹਮਣੇ ਬਹਿ ਕੇ ਪਰਸਨਲਾਈਜ਼ਡ ਜਿਹੜੀ ਕਾਉਂਸਲਿੰਗ ਹੈਗੀ ਆ ਉਹਦੀ ਵੈਲਿਊ ਕੀ ਹੁੰਦੀ ਆ, ਉਹਦੀ ਰਿਕੁਆਇਰਮੈਂਟ ਕੀ ਆ। ਕਿ ਇਸ ਸ਼ੋਅ ਦੇ ਵਿੱਚ ਹੁਣ ਵੀ ਇਸ ਲਾਈਵ ਦੇ ਉੱਤੇ ਮੈਂ ਤੁਹਾਨੂੰ ਜਨਰਲ ਇਨਫੋਰਮੇਸ਼ਨ, ਬੇਸਿਕ ਇਨਫੋਰਮੇਸ਼ਨ ਤਾਂ ਜ਼ਰੂਰ ਦੇ ਸਕਦਾ ਔਰ ਦਊਂਗਾ ਵੀ, ਬਟ ਤੁਹਾਡਾ ਆਪਣਾ ਪਰਸਨਲ ਕੇਸ, ਤੁਹਾਡੀ ਆਪਣੀ ਪਰਸਨਲ ਫਾਈਲ ਕਿੱਥੇ ਸਟੈਂਡ ਕਰਦੀ ਹੈ, ਉਹਦਾ ਵੀਜ਼ਾ ਚਾਂਸਿਸ ਕੀ ਨੇ, ਕਿਹੜੇ ਕੋਰਸ, ਕਿਹੜੇ ਕਾਲਜ ਦੇ ਵਿੱਚ, ਕਿਹੜੀ ਕੰਟਰੀ, ਕਿਹੜੀ ਯੂਨੀਵਰਸਿਟੀ ਦੇ ਵਿੱਚ, ਉਹ ਜਦੋਂ ਤੁਸੀਂ ਆ ਕੇ ਸਾਹਮਣੇ ਬੈਠੋਗੇ ਉਦੋਂ ਹੀ ਉਹ ਇਨਫੋਰਮੇਸ਼ਨ ਕਲੀਅਰ ਹੋਏਗੀ। ਸੋ ਦੋ ਤਿੰਨ ਇੰਸਟੈਂਸਿਸ ਅੱਜ ਦੱਸਣਾ ਚਾਹੂੰਗਾ। ਤਿੰਨ ਕੰਟਰੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਪਿਛਲੇ ਥੋੜੇ ਮਹੀਨਿਆਂ ਤੋਂ ਗੱਲ ਕਰ ਲਈਏ, ਆਸਟ੍ਰੇਲੀਆ, ਕੈਨੇਡਾ, ਯੂਕੇ ਦੀ। ਸੋ ਇਹਨਾਂ ਤਿੰਨੋਂ ਕੰਟਰੀਜ਼ ਦੇ ਤਿੰਨ ਰੀਸੈਂਟ ਇੰਸਟੈਂਸ ਤੁਹਾਨੂੰ ਦੱਸਣੇ ਚਾਹੂੰਗਾ। ਔਰ ਇੰਸਟੈਂਸ ਵੀਜ਼ਾ ਲੱਗੇ ਵਾਲੇ ਦੇ ਨੇ, ਨਾ ਕਿ ਵੀਜ਼ਾ ਰਿਫਿਊਜ਼ਲ ਵਾਲੇ ਦੇ ਨੇ। ਬੜੇ ਵਾਰੀ ਤੁਸੀਂ ਸੁਣਦੇ ਹੋ ਜੀ ਫਲਾਣੇ ਪ੍ਰੋਫਾਈਲ ਦੇ ਵਿੱਚ ਆਇਲਟਸ ਦੇ ਨੰਬਰ ਘੱਟ ਸੀਗੇ, ਰਿਫਿਊਜ਼ ਹੋ ਗਿਆ, ਕਿਸੇ ਪ੍ਰੋਫਾਈਲ ਦੇ ਵਿੱਚ ਅਕੈਡਮਿਕਸ ਨੰਬਰ ਘੱਟ ਸੀ ਤਾਂ ਰਿਫਿਊਜ਼ ਹੋ ਗਿਆ। ਮੈਂ ਤੁਹਾਨੂੰ ਉਹ ਤਿੰਨ ਸਟੂਡੈਂਟਸ ਦੀ ਗੱਲ ਦੱਸੂਗਾ ਜਿਨ੍ਹਾਂ ਦੇ ਸਾਰਾ ਕੁਝ ਠੀਕ ਸੀ, ਵੀਜ਼ੇ ਲੱਗ ਗਏ। ਨਾਟ ਓਨਲੀ ਸਟੂਡੈਂਟ, ਵਨ ਆਫ ਦੈਮ ਇਜ਼ ਔਨ ਵਿਜ਼ਿਟਰ, ਉਹਨਾਂ ਦੇ ਵੀਜ਼ੇ ਲੱਗ ਗਏ, ਕੰਟਰੀਜ਼ ਟਰੈਵਲ ਕਰ ਰਹੇ ਨੇ, ਜਦੋਂ ਦੂਸਰੀ ਕੰਟਰੀ ਜਿੱਥੇ ਦਾ ਵੀਜ਼ਾ ਲੱਗਾ ਜਦੋਂ ਟਰੈਵਲ ਕਰ ਰਹੇ ਨੇ ਉਦੋਂ ਕੀ ਦਿੱਕਤਾਂ, ਕੀ ਪ੍ਰੋਬਲਮਸ ਆਈਆਂ। ਸੋ ਸਟਾਰਟ ਕਰਦੇ ਹਾਂ ਯੂਕੇ ਤੋਂ ਹੀ। ਯੂਕੇ ਵਿਦਾਊਟ ਆਇਲਟਸ, ਵਿਦਾਊਟ ਆਇਲਟਸ ਚਲ ਜਾਓ ਜੀ, ਵਿਦਾਊਟ ਆਇਲਟਸ ਚਲ ਜਾਓ ਜੀ। ਰੈਗੂਲਰ ਤੁਸੀਂ ਐਡ ਵੀ ਦੇਖ ਰਹੇ ਹੋ, ਸਭ ਕੁਝ ਦੇਖ ਰਹੇ ਹੋ। ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਜੇ ਤੁਸੀਂ ਇੰਗਲਿਸ਼ ਦੇ ਵਿੱਚ ਇੰਟਰਵਿਊ ਨਹੀਂ ਦੇ ਸਕਦੇ, ਜੇ ਤੁਸੀਂ ਇੰਗਲਿਸ਼ ਦੇ ਵਿੱਚ ਏਅਰਪੋਰਟ ਤੇ ਕੁਐਸਚਨਸ ਦੇ ਜਵਾਬ ਨਹੀਂ ਦੇ ਸਕਦੇ, ਬਹੁਤ ਸੋਚ ਸਮਝ ਕੇ ਯੂਕੇ ਦਾ ਵੀਜ਼ਾ ਅਪਲਾਈ ਕਰਿਓ, ਬਹੁਤ ਸੋਚ ਸਮਝ ਕੇ ਟਰੈਵਲ ਕਰਿਓ। ਏਅਰਪੋਰਟ ਦੇ ਉੱਤੇ ਕੁਐਸਚਨਿੰਗ ਜਿਹੜੀ ਹੈਗੀ ਹੈ ਯੂਕੇ 2009 ਚ ਵੀ ਕਰਦਾ ਸੀ ਤੇ ਅੱਜ 2019 ਚ ਵੀ ਇਹ ਕੁਐਸਚਨਿੰਗ ਹੁੰਦੀ ਹੈ। ਬੜਾ ਰੀਸੈਂਟ ਐਗਜ਼ਾਮਪਲ ਮੈਨੂੰ ਕਿਸੇ ਨੇ ਕੱਲ੍ਹ ਹੀ ਦੱਸਿਆ ਕਿ ਯੂਕੇ ਦੀ ਬਾਰਡਰ ਦੇ ਉੱਤੇ ਜਦੋਂ ਆਪਾਂ ਐਂਟਰ ਕਰਦੇ ਹਾਂ ਕੰਟਰੀ ਦੇ ਵਿੱਚ, ਯੂਕੇ ਦੇ ਏਅਰਪੋਰਟ ਦੇ ਉੱਤੇ ਸਟੂਡੈਂਟਸ ਨੂੰ ਕੁਐਸਚਨਸ ਪੁੱਛੇ ਜਾ ਰਹੇ ਨੇ ਔਰ ਕਾਫੀ ਸਟੂਡੈਂਟਸ ਨੂੰ ਇੰਗਲਿਸ਼ ਨਾ ਆਉਣ ਕਰਕੇ ਉੱਥੋਂ ਦੀ ਵਾਪਸ ਆਉਣਾ ਪੈ ਰਿਹਾ ਜਾਂ ਉੱਥੇ ਬਹੁਤ ਜ਼ਿਆਦਾ ਹਰਾਸਮੈਂਟ ਸਾਹਮਣੇ ਪੇਸ਼ ਆ ਰਹੀ ਹੈ। ਸੋ ਇੱਕ ਇੱਕ ਐਗਜ਼ਾਮਪਲ ਕੱਲ੍ਹ ਹੀ ਮੈਨੂੰ ਕੋਈ ਦੱਸ ਰਿਹਾ ਸੀ, ਕਹਿੰਦਾ ਇੱਕ ਸਟੂਡੈਂਟ ਪਹੁੰਚਿਆ ਕਿਸੇ ਪਰਟੀਕੁਲਰ ਯੂਨੀਵਰਸਿਟੀ ਦਾ, ਆਇਲਟਸ ਕੀਤੀ ਨਹੀਂ ਸੀ ਹੋਈ, 60% ਇੰਗਲਿਸ਼ ਦੇ ਵਿੱਚ ਨੰਬਰਾਂ ਦੇ ਬੇਸ ਦੇ ਉੱਤੇ, ਪਲੱਸ ਟੂ ਦੇ ਵਿੱਚ ਇੰਗਲਿਸ਼ 'ਚ 60% ਨੰਬਰ, ਪੰਜਾਬ ਬੋਰਡ ਕਿੰਨੇ ਕੁ ਔਖੇ ਨੇ ਪਲੱਸ ਟੂ 'ਚ ਲੈਣੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਮੇਰੇ ਤੋਂ ਵੀ ਇਹ ਗੱਲ ਕੋਈ ਲੁਕੀ ਨਹੀਂ ਹੋਈ। ਸੋ 60% ਨੰਬਰ ਵਾਲਾ ਬੱਚਾ ਪਲੱਸ ਟੂ ਵਾਲਾ ਵਿਦਾਊਟ ਆਇਲਟਸ ਜਦੋਂ ਬਾਰਡਰ ਤੇ ਪਹੁੰਚਿਆ ਤਾਂ ਉਹਨੂੰ ਇਮੀਗ੍ਰੇਸ਼ਨ ਆਫਿਸਰ ਨੇ ਉੱਥੇ, ਐਂਟਰੀ ਕਲੀਅਰੈਂਸ ਆਫਿਸਰ ਨੇ ਜਦੋਂ ਸਵਾਲ ਪੁੱਛਿਆ ਕਿ ਇਨ ਵਿਚ ਯੂਨੀਵਰਸਿਟੀ ਹੈਵ ਯੂ ਕਮ ਟੂ ਸਟੱਡੀ,
ਤੇ ਅਗਲਾ ਵਿਚਾਰਾ ਇੰਗਲਿਸ਼ 'ਚ 60% ਨੰਬਰ ਦੇ ਬਾਵਜੂਦ ਵੀ, ਇੱਕ ਤਾਂ ਉਹਨਾਂ ਦਾ ਐਕਸੈਂਟ, ਬ੍ਰਿਟਿਸ਼ ਐਕਸੈਂਟ ਕੋਈ ਸੌਖਾ ਨਹੀਂ ਸਮਝਣਾ। ਤੇ ਜਦੋਂ ਉਹਨੂੰ ਸਵਾਲ ਪੁੱਛਿਆ ਗਿਆ ਇਨ ਵਿੱਚ ਯੂਨੀਵਰਸਿਟੀ ਯੂ ਹੈਵ ਕਮ ਟੂ ਸਟੱਡੀ, ਅਗਲਾ ਕਹਿੰਦਾ ਸਰਦਾਰ ਸ਼ਿੰਗਾਰਾ ਸਿੰਘ। ਸੋ ਜਦੋਂ ਇਦਾਂ ਦੇ ਇੰਸਟੈਂਸਸ ਸਾਹਮਣੇ ਆਉਂਦੇ ਆ, ਜਦੋਂ ਇਦਾਂ ਦਾ ਜਵਾਬ ਉਹ ਸਟੂਡੈਂਟ ਦਿੱਤਾ, ਵਟ ਡੂ ਯੂ ਐਕਸਪੈਕਟ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਉਸ ਸਟੂਡੈਂਟ ਨੂੰ ਐਂਟਰੀ ਮਿਲੇਗੀ ਉਸ ਕੰਟਰੀ 'ਚ? ਉਸੇ ਵੇਲੇ ਨਾਲੋ ਨਾਲ ਉਹਨੂੰ ਅਗਲੇ ਸਵਾਲ, ਅਗਲੇ ਸਵਾਲ, ਅਗਲੇ ਸਵਾਲ, ਜਦੋਂ ਇਹ ਸਾਰੇ ਕੁਐਸਚਨਸ ਦੇ ਜਵਾਬ ਨਹੀਂ ਦਿੱਤੇ ਜਾਂਦੇ ਤਾਂ ਸਟੂਡੈਂਟ ਆਟੋਮੈਟਿਕਲੀ ਡਿਪੋਰਟ ਹੁੰਦਾ। ਕਿਉਂ ਡਿਪੋਰਟ ਹੁੰਦਾ? ਕਿਉਂਕਿ ਤੁਸੀਂ ਸਟੂਡੈਂਟ ਵੀਜ਼ਾ ਤੇ ਚੱਲੇ ਹੋ, ਇੰਟੈਂਸ਼ਨ ਇਜ਼ ਐਜੂਕੇਸ਼ਨ, ਪੜ੍ਹਾਈ ਕਰਨੀ ਹੈ, ਇੰਗਲਿਸ਼ 'ਚ ਜਾ ਕੇ ਪੜ੍ਹਾਈ ਕਰਨੀ ਹੈ, ਤਾਂ ਕਿਹੜੀ ਯੂਨੀਵਰਸਿਟੀ 'ਚ ਪੜ੍ਹਨ ਆਏ ਹੋ ਉਹਦਾ ਜਵਾਬ ਦੇਣ ਦੀ ਜਗ੍ਹਾ ਤੁਸੀਂ ਆਪਣੇ ਫਾਦਰ ਦਾ ਨਾਂ ਦੱਸ ਰਹੇ ਹੋ ਜਾਂ ਆਪਣਾ ਨਾਂ ਦੱਸ ਰਹੇ ਹੋ, ਤਾਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਐਂਟਰੀ ਮਿਲੇਗੀ? ਸੋ ਇਹ ਇੱਕ ਮੈਨੂੰ ਕੱਲ੍ਹ ਕਿਸੇ ਨੇ ਦੱਸਣਾ ਚਾਹੁੰਦਾ ਸੀਗਾ ਜੋ, ਬਟ ਨੈਟ ਬੜਾ ਰੌਲਾ ਪਿਆ ਕਿ ਯੂਕੇ ਚਲ ਜਾਓ, ਯੂਕੇ ਚਲ ਜਾਓ। ਮੈਨੂੰ ਲੱਗਦਾ ਕੁਛ ਇੰਟਰਨੈਟ ਦੀ ਪ੍ਰੋਬਲਮ ਹੈ। ਤੇ ਬਟ ਅਲਟੀਮੇਟਲੀ ਜਦੋਂ ਤੁਸੀਂ ਬਾਰਡਰ ਦੇ ਉੱਤੇ ਜਵਾਬ ਨਹੀਂ ਦੇ ਪਾਉਂਦੇ, ਸੋ ਸੋਚ ਸਮਝ ਕੇ ਆਇਲਟਸ ਤੋਂ ਬਿਨਾਂ ਜਾਂ 60% ਵਾਲੀ ਜਿਹੜੀ ਐਡਵਰਟੀਜ਼ਮੈਂਟ ਹੈ, ਉਹ ਸਾਰੀ ਚੀਜ਼ ਨੂੰ ਬਹੁਤ ਸੋਚ ਸਮਝ ਕੇ ਅਪਲਾਈ ਕਰਿਓ, ਜਾਂ ਐਟਲੀਸਟ ਆਪਣੀ ਤਿਆਰੀ ਕਰਕੇ ਜਾਇਓ, ਇੰਗਲਿਸ਼ ਸਿੱਖ ਕੇ, ਇੰਗਲਿਸ਼ ਬੋਲਣ ਦੀ ਤਿਆਰੀ ਕਰਕੇ, ਕੁਸ਼ਚਨਾਂ ਦੇ ਜਵਾਬ ਸਾਰਾ ਕੁਝ ਲੈ ਕੇ ਫਿਰ ਜਾਇਓ, ਫਿਰ ਟਰੈਵਲ ਕਰਿਓ, ਤਾਂ ਜੋ ਤੁਸੀਂ ਉਹ ਸਵਾਲਾਂ ਦੇ ਜਵਾਬ ਦੇ ਸਕੋ। ਸੇਮ ਇਸੇ ਤਰ੍ਹਾਂ ਹੀ ਰੀਸੈਂਟ ਜਿਹੜੀ ਚੀਜ਼, ਜਿੱਦਾਂ ਯੂਕੇ ਸਟੱਡੀ ਵੀਜ਼ਾ ਬਹੁਤ ਪ੍ਰੋਮੀਨੈਂਟ ਹੈ, ਉਸੇ ਤਰ੍ਹਾਂ ਆਸਟ੍ਰੇਲੀਆ ਦਾ ਵਿਜ਼ਿਟਰ ਵੀਜ਼ਾ ਵੀ ਅੱਜ ਦੀ ਡੇਟ ਦੇ ਵਿੱਚ ਬੜੀ ਜਲਦੀ ਲੱਗ ਰਿਹਾ ਜੀ। ਵਿਜ਼ਿਟਰ ਵੀਜ਼ਾ ਲਵਾ ਲਓ, ਇਹ ਜੀ ਉਹ ਜੀ, ਕਿ ਸਪਾਊਸ ਕੇਸ, ਸਿੰਗਲ ਕੇਸ, ਹਰ ਤਰ੍ਹਾਂ ਦੇ ਸਟੂਡੈਂਟ ਨੂੰ ਆਸਟ੍ਰੇਲੀਆ ਵਿਜ਼ਿਟਰ ਵੀਜ਼ਾ ਲੱਗ ਰਿਹਾ। ਔਰ ਉਹ ਵਿਜ਼ਿਟਰ ਵੀਜ਼ਾ ਕਿਉਂ ਲੱਗ ਰਿਹਾ? ਕਿਉਂਕਿ ਉੱਥੇ ਜਾ ਕੇ ਆਸਟ੍ਰੇਲੀਆ ਦੇ ਵਿੱਚ ਉਸ ਵਿਜ਼ਿਟਰ ਨੂੰ ਸਟੂਡੈਂਟ ਦੇ ਵਿੱਚ ਕਨਵਰਜਨ ਮਿਲ ਰਹੀ ਹੈ, ਉਹ ਵਿਜ਼ਿਟਰ ਵੀਜ਼ਾ ਸਟੂਡੈਂਟ ਦੇ ਵਿੱਚ ਕਨਵਰਟ ਹੋ ਰਿਹਾ। ਔਰ ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਵਿਜ਼ਿਟਰ ਵੀਜ਼ਾ ਪਹਿਲਾਂ ਦਾ ਸੀਗਾ ਜਾਂ ਜਿਨ੍ਹਾਂ ਨੇ ਹੁਣ ਰੀਸੈਂਟਲੀ ਵਿਜ਼ਿਟਰ ਵੀਜ਼ਾਸ ਲਏ ਆ, ਉਹ ਆਸਟ੍ਰੇਲੀਆ ਜਾ ਕੇ ਆਪਣੇ ਵੀਜ਼ੇ ਕਨਵਰਟ ਕਰ ਰਹੇ ਆ। ਸੋ ਵੀਜ਼ਾ ਤਾਂ ਇੱਕ ਨਵਾਂ ਇੰਸਟੈਂਸ ਆਸਟ੍ਰੇਲੀਆ ਵਿਜ਼ਿਟਰ ਵੀਜ਼ਾ ਦਾ, ਇੱਕ ਕੁੜੀ ਨੇ ਵੀਜ਼ਾ ਤਾਂ ਲਗਵਾ ਲਿਆ, ਕਿਸੇ ਏਜੰਟ ਕੋਲੋਂ ਲਗਵਾ ਲਿਆ ਜਾਂ ਆਪ ਅਪਲਾਈ ਕਰਕੇ ਲਗਵਾ ਲਿਆ। ਵੈਨ ਸ਼ੀ ਵਾਸ ਅਬਾਊਟ ਟੂ ਟਰੈਵਲ, ਸ਼ਾਇਦ ਉਹਨੂੰ ਕਿਸੇ ਨੇ ਸਮਝਾਇਆ ਨਹੀਂ ਕਿ ਟਰੈਵਲ ਦੇ ਡੂਜ਼ ਐਂਡ ਡੋਨਟਸ ਕੀ ਹੈ। ਸਿਰਫ ਵੀਜ਼ਾ ਅਪਲਾਈ ਕਰਨਾ ਜਾਂ ਵੀਜ਼ਾ ਲੈਣਾ ਹੀ ਜ਼ਰੂਰੀ ਨਹੀਂ ਹੁੰਦਾ, ਟੈਕਨੀਕਲ ਚੀਜ਼ਾਂ ਹਰ ਪਾਰਟ ਦੇ ਵਿੱਚ, ਜਦੋਂ ਤੱਕ ਤੁਸੀਂ ਉਸ ਕੰਟਰੀ ਪਹੁੰਚ ਨਹੀਂ ਜਾਂਦੇ ਜਾਂ ਇਨਫੈਕਟ ਜਦੋਂ ਤੱਕ ਤੁਸੀਂ ਉਸ ਕੰਟਰੀ ਦੇ ਸਾਰੇ ਤੌਰ ਤਰੀਕੇ ਨਹੀਂ ਜਾਣ ਜਾਂਦੇ, ਉਦੋਂ ਤੱਕ ਬਹੁਤ ਜ਼ਰੂਰੀ ਹੈ ਥਾਂ ਥਾਂ 'ਤੇ ਇਹ ਚੈੱਕ ਕਰਨਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਿੱਦਾਂ ਉੱਥੇ ਰਹਿਣਾ, ਕਿੱਦਾਂ ਉੱਥੇ ਪਹੁੰਚਣਾ। ਸੋ ਉਸ ਕੁੜੀ ਨੇ ਕੀ ਕੀਤਾ, ਉਹਦਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਲੱਗ ਗਿਆ, ਅਗਲੀ ਨੇ ਟਰੈਵਲ ਕੀਤਾ, ਇੱਥੋਂ ਦੀ ਏਅਰਪੋਰਟ 'ਤੇ ਪਹੁੰਚੀ। ਇਮੀਗ੍ਰੇਸ਼ਨ ਫਾਰਮ ਮਿਲਦਾ ਆਸਟ੍ਰੇਲੀਆ ਦੇ ਵਿੱਚ, ਜਿਹੜੇ ਜਿਹੜੇ ਤੁਹਾਡੇ 'ਚੋਂ ਆਸਟ੍ਰੇਲੀਆ ਟਰੈਵਲ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਜਾਣੀਆਂ ਮਨਾ ਹੈ। ਸੋ ਜਦੋਂ ਤੁਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਜਾਂਦੇ ਹੋ, ਕੋਈ ਮੇਰਾ ਭਰਾ ਪਿੰਨੀਆਂ ਲੈ ਜਾਂਦਾ, ਕੋਈ ਅਚਾਰ ਲੈ ਜਾਂਦਾ, ਕੋਈ ਕੁਛ ਲੈ ਜਾਂਦਾ, ਸੋ ਇਹ ਚੀਜ਼ਾਂ ਜਦੋਂ ਤੁਸੀਂ ਇੱਥੋਂ ਦੀ ਲੈ ਕੇ ਜਾਂਦੇ ਹੋ ਤੇ ਉੱਥੇ ਇਮੀਗ੍ਰੇਸ਼ਨ ਫਾਰਮ ਦੇ ਵਿੱਚ ਇਹ ਚੀਜ਼ਾਂ ਡਿਕਲੇਅਰ ਕਰਨੀਆਂ ਪੈਂਦੀਆਂ। ਸਿੱਧਾ ਸਿੱਧਾ ਪੁੱਛਦੇ ਆ ਕਿ ਤੁਸੀਂ ਕੀ ਕੀ ਲੈ ਕੇ ਆਏ ਹੋ, ਕੀ ਇਹਨਾਂ 'ਚੋਂ ਵੀ ਕੋਈ ਚੀਜ਼ ਆਈ ਹੈ ਤੁਹਾਡੇ ਕੋਲ। ਸੋ ਜਦੋਂ
ਉਸ ਕੁੜੀ ਨੇ ਫਾਰਮ ਦੇਖਿਆ। ਉਸ ਫਾਰਮ ਦੇ ਵਿੱਚ ਉਹਨੇ ਪੜ੍ਹਿਆ ਕਿ ਹਾਂ ਖਾਣ ਵਾਲੀਆਂ ਚੀਜ਼ਾਂ ਦੇ ਬਾਰੇ ਪੁੱਛਿਆ ਗਿਆ। ਉਹਨੇ ਬਹੁਤ ਸਿਆਣੀ ਗੱਲ ਕੀਤੀ ਕਿ ਉਹਨੇ ਉਹਨੂੰ ਟਿੱਕ ਕਰ ਦਿੱਤਾ ਕਿ ਝੂਠ ਨਹੀਂ ਬੋਲਣਾ ਚਾਹੀਦਾ, ਜੇ ਮੈਂ ਲੈ ਕੇ ਆਈ ਹਾਂ ਕੱਲ ਨੂੰ ਮੇਰਾ ਬੈਗ ਖੁਲਾ ਲਿਆ ਤੇ ਫਿਰ ਉਹਦੇ ਚੋਂ ਚੀਜ਼ ਨਿਕਲੀ ਤੇ ਪ੍ਰੋਬਲਮ ਹੋਏਗੀ। ਸੋ ਉਹਨੇ ਉਸ ਚੀਜ਼ ਤੇ ਟਿੱਕ ਕਰ ਦਿੱਤਾ ਕਿ ਹਾਂਜੀ ਮੈਂ ਖਾਣ ਵਾਲੀਆਂ ਚੀਜ਼ਾਂ ਲੈ ਕੇ ਆਈ ਹਾਂ। ਤੇ ਜਦੋਂ ਉਹਦਾ ਬੈਗੇਜ ਉਹਨੂੰ ਮਿਲਿਆ, ਉਹ ਬਾਹਰ ਨਿਕਲਣ ਲੱਗੀ ਤਾਂ ਉਦੋਂ ਉਸ ਟਿੱਕ ਮਾਰਕ ਕਰਕੇ ਉਹਨੂੰ ਉਹਦਾ ਬੈਗ ਖੁਲਾਇਆ ਗਿਆ ਕਿ ਕੀ ਤੂੰ ਲੈ ਕੇ ਆਈ ਆ, ਵੀ ਵਾਂਟ ਟੂ ਸੀ ਇਟ। ਸੋ ਜਦੋਂ ਉਹਨੇ ਉਹਨੂੰ ਕਹਿਤਾ ਕਿ ਹਾਂਜੀ ਆਪਣਾ ਬੈਗ ਖੋਲੋ, ਬੈਗ ਖੋਲਿਆ ਗਿਆ। ਸੋ ਖਾਣ ਵਾਲੀਆਂ ਚੀਜ਼ਾਂ ਤਾਂ ਉਹਨੇ ਡਿਕਲੇਅਰ ਕਰਤੀਆਂ, ਬੈਗ ਖੋਲਿਆ, ਖਾਣ ਵਾਲੀਆਂ ਚੀਜ਼ਾਂ ਡਿਕਲੇਅਰ ਹੋ ਗਈਆਂ, ਸਾਹਮਣੇ ਦਿਸ ਗਈਆਂ ਜੀ, ਹਾਂਜੀ ਪਿੰਨੀਆਂ ਨੇ ਜਾਂ ਅੰਬ ਦਾ ਅਚਾਰ ਹੈ। ਸੋ ਅਲਟੀਮੇਟਲੀ ਉਹਦੇ ਬੈਗ ਦੇ ਵਿੱਚੋਂ ਉਹਦਾ ਆਇਲਸ ਦਾ ਸਰਟੀਫਿਕੇਟ ਤੇ ਉਹਦੇ ਅਕੈਡਮਿਕਸ ਵੀ ਨਾਲ ਫੜੇ ਗਏ। ਸੋ ਜਦੋਂ ਤੁਸੀਂ ਕਿਸੇ ਵੀ ਕੰਟਰੀ ਟਰੈਵਲ ਕਰਦੇ ਹੋ, ਜੇ ਆਪਾਂ ਇੱਥੇ ਦੀ ਗੱਲ ਕਰ ਲਈਏ, ਅਸੀਂ ਸ਼ਿਮਲਾ ਮਸੂਰੀ ਦੇਹਰਾਦੂਨ ਕਿਤੇ ਘੁੰਮਣ ਜਾਂਦੇ ਹਾਂ, ਕੀ ਅਸੀਂ ਆਪਣੇ ਅਕੈਡਮਿਕਸ, ਕੀ ਅਸੀਂ ਆਪਣਾ ਆਇਲਸ ਦਾ ਸਰਟੀਫਿਕੇਟ ਨਾਲ ਲੈ ਕੇ ਜਾਂਦੇ ਹਾਂ? ਕੋਈ ਭਲਾ ਮਾਨਸ ਮੈਨੂੰ ਦੱਸ ਦੇ ਕਿ ਕੀ ਇਹ ਡਾਕੂਮੈਂਟ ਕੋਈ ਨਾਲ ਲੈ ਕੇ ਹਿਲ ਸਟੇਸ਼ਨ ਤੇ ਜਾਂ ਕਿਸੇ ਹੋਰ ਕੰਟਰੀ ਟਰੈਵਲ ਕਰਨ ਜਾਂਦਾ? ਸੋ ਜਦੋਂ ਤੁਸੀਂ ਇੱਥੇ ਨਹੀਂ ਜਾਂਦੇ, ਸੋ ਯੂ ਆਰ ਕੈਰੀਇੰਗ ਦੋਜ਼ ਡਾਕੂਮੈਂਟਸ ਵੈਨ ਯੂ ਆਰ ਗੋਇੰਗ ਟੂ ਆਸਟ੍ਰੇਲੀਆ। ਸਿੰਪਲ ਜਿਹਾ ਰੀਜ਼ਨ ਹੈ, ਅਗੇਨ ਐਂਟਰੀ ਕਲੀਅਰੈਂਸ ਆਫੀਸਰ ਉਹਨੂੰ ਐਂਟਰੀ ਨਹੀਂ ਦਿੱਤੀ। ਉਸ ਕੁੜੀ ਨੂੰ ਅੱਗੇ ਫਰਦਰ ਕੁਐਸਚਨਿੰਗ ਹੋਈ, ਉਹਨੂੰ ਏਅਰਪੋਰਟ ਤੇ ਬਾਹਰ ਲੈਣ ਲਈ ਉਹਦੇ ਅੰਕਲ ਆਂਟੀ ਆਏ ਹੋਏ ਸੀਗੇ, ਉਹਨਾਂ ਨੂੰ ਵੀ ਬਾਹਰ ਜਾ ਕੇ ਬਾਰਡਰ ਕੁਐਸਚਨ ਸੀਗੇ, ਆਈ ਹੈ ਤੁਹਾਡਾ ਕੀ ਰਿਲੇਸ਼ਨ ਹੈ। ਸੋ ਉਹਦੇ ਵਿੱਚ ਵੀ ਡਿਸਕ੍ਰਿਪੈਂਸੀਸ ਪਾਈਆਂ ਗਈਆਂ। ਕੁੜੀ ਕਹਿੰਦੀ ਮੈਂ 3 ਮਹੀਨੇ ਲਈ ਆਈ ਹਾਂ, ਪੇਰੈਂਟਸ ਕਹਿੰਦੇ ਜਾਂ ਉਹਦੇ ਅੰਕਲ ਆਂਟੀ ਕਹਿੰਦੇ ਜੀ ਉਹ 1 ਮਹੀਨੇ ਲਈ ਆਈ ਹੈ। ਸੋ ਜਦੋਂ ਇਹ ਡਿਸਕ੍ਰਿਪੈਂਸੀਸ ਆਈਆਂ, ਸਾਰਾ ਕੁਝ ਆਇਆ, ਆਇਲਸ ਔਰ ਅਕੈਡਮਿਕਸ ਦੇ ਸਰਟੀਫਿਕੇਟ ਆਏ, ਰਿਜ਼ਲਟ ਵਾਸ ਦ ਗਰਲ ਵਾਸ ਡਿਟੇਨਡ ਐਂਡ ਸੈਂਟ ਬੈਕ ਟੂ ਇੰਡੀਆ। ਸੋ ਬੜੇ ਕਲੀਅਰ ਕੱਟ ਦੋ ਐਗਜ਼ਾਮਪਲਸ ਤੁਹਾਨੂੰ ਦੱਸੇ, ਯੂਕੇ, ਆਸਟ੍ਰੇਲੀਆ, ਕਿ ਕਿਸ ਤਰੀਕੇ ਸਿਰਫ ਵੀਜ਼ਾ ਹੀ ਸਾਰਾ ਕੁਝ ਨਹੀਂ ਹੁੰਦਾ, ਅਲਟੀਮੇਟਲੀ ਕਿੱਦਾਂ ਤੁਸੀਂ ਉੱਥੇ ਪਹੁੰਚਣਾ ਹੈ, ਕੀ ਤਿਆਰੀ ਇੱਥੋਂ ਕਰਕੇ ਜਾਣੀ ਹੈ। ਦਿਸ ਇਜ਼ ਕਾਲਡ ਪ੍ਰੀ ਡਿਪਾਰਚਰ, ਪ੍ਰੀ ਡਿਪਾਰਚਰ ਟ੍ਰੇਨਿੰਗ ਜਿਹੜੀ ਅਸੀਂ ਆਪਣੇ ਆਫਿਸਿਸ ਦੇ ਵਿੱਚ ਕਰਦੇ ਹਾਂ ਜਾਂ ਜਿਹੜੀ ਆਪਣੇ ਸਟੂਡੈਂਟਸ ਨੂੰ ਐਡਵਾਈਸਿਸ ਦਿੰਦੇ ਹਾਂ, ਉਹ ਇੱਥੇ ਕੰਮ ਆਉਂਦੀ ਹੈ। ਥਰਡ ਐਗਜ਼ਾਮਪਲ ਇੱਕ ਹੋਰ ਦੇਣੀ ਚਾਹਾਂਗਾ, ਸੇਮ ਇਸੇ ਤਰ੍ਹਾਂ ਏਅਰਪੋਰਟ ਦੀ ਐਗਜ਼ਾਮਪਲ, ਬਟ ਨਾਓ ਡਿਫਰੈਂਟ ਕੰਟਰੀ, ਉਹ ਕੰਟਰੀ ਜਿੱਥੇ ਹੜਾ ਦੇ ਹੜ ਪੰਜਾਬ ਤੋਂ ਅੱਜ ਦੀ ਡੇਟ 'ਚ ਜਾਣ ਨੂੰ ਫਿਰਦੇ ਆ ਜੀ, ਕੈਨੇਡਾ ਚਲ ਜਾਓ, ਕੈਨੇਡਾ ਚਲ ਜਾਓ, ਕੈਨੇਡਾ ਸਟੂਡੈਂਟ ਵੀਜ਼ੇ ਤੇ ਚਲ ਜਾਓ। ਸੋ ਰੈਗੂਲਰ ਬੇਸਿਸ ਤੇ ਇਹ ਵੀ ਇਦਾਂ ਦਾ ਇੱਕ ਐਗਜ਼ਾਮਪਲ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ, ਬੜਾ ਰੈਗੂਲਰ ਹੈ ਕਿ ਵੀਜ਼ਾ ਲੱਗ ਜਾਂਦਾ ਜੀ ਇੱਥੇ ਕੁੜੀ ਦਾ, ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ, ਕੁੜੀ ਨੇ, ਕੁੜੀ ਦੇ 6 ਬੈਂਡ ਨੇ, ਵੀਜ਼ਾ ਲੱਗ ਗਿਆ, ਵੀਜ਼ਾ ਲੱਗ ਗਿਆ। ਹੁਣ ਕੁੜੀ ਨੇ ਜਾਣ ਤੋਂ ਪਹਿਲਾਂ, ਟਰੈਵਲ ਕਰਨ ਤੋਂ ਪਹਿਲਾਂ, ਬੜੀ ਵਾਰੀ ਹੁੰਦਾ ਮਾਂ ਪਿਓ ਕੁੜੀ ਦਾ ਵਿਆਹ ਕਰ ਦਿੰਦੇ ਨੇ, ਤੇ ਮੁੰਡਾ ਵੀ ਜਾਊਗਾ। ਹੁਣ ਜਿਹਦੇ ਨਾਲ ਵਿਆਹ ਹੋ ਗਿਆ, ਮੁੰਡਾ ਦੇਖਿਆ, ਅਸੀਂ ਮੁੰਡੇ ਦੀ ਸ਼ਰਤ ਸੀ ਮੁੰਡੇ ਵਾਲਿਆਂ ਦੀ ਜੀ ਕੁੜੀ ਕੈਨੇਡਾ ਦਾ ਵੀਜ਼ਾ ਹੋਣਾ ਚਾਹੀਦਾ। ਸੋ ਵਨ ਸੱਚ ਗਰਲ, ਸ਼ੀ ਗਾਟ ਹਰ ਕੈਨੇਡਾ ਵੀਜ਼ਾ, ਵੀਜ਼ਾ ਲੱਗ ਗਿਆ। ਜਿੰਨੀ ਦੇਰ ਨੂੰ ਉਹ ਵੀਜ਼ੇ ਦੇ ਵਿੱਚ ਤੇ ਉਹ ਟਰੈਵਲ ਡੇਟ ਦੇ ਵਿੱਚ ਜਿੰਨਾ ਕੁ ਟਾਈਮ ਸੀਗਾ, ਕੋਈ ਮਹੀਨਾ 2 ਮਹੀਨੇ ਦਾ ਜੋ ਵੀ ਉਹਨਾਂ ਕੋਲ ਟਾਈਮ ਸੀ, ਘਰਦਿਆਂ ਨੇ ਕੁੜੀ ਦਾ ਵਿਆਹ ਕਰਤਾ ਜੀ। ਹੁਣ ਕੁੜੀ ਦਾ ਵਿਆਹ ਕਰਤਾ ਜੀ, ਕੁੜੀ ਤੇ ਉੱਥੇ ਇੱਥੋਂ ਦੀ ਫਲਾਈਟ ਫੜੀ, ਕੈਨੇਡਾ ਪਹੁੰਚ ਗਈ, ਟੋਰਾਂਟੋ ਪੇਅਰਸਨ ਏਅਰਪੋਰਟ। ਕੁਐਸਚਨਸ, ਹਾਂਜੀ ਕਿਹੜੇ ਕਾਲਜ ਆਏ ਹੋ, ਕਿਹੜੇ ਕੋਰਸ 'ਚ ਆਏ ਹੋ, ਜਨਰਲ ਕੁਐਸਚਨਸ ਤੋਂ ਬਾਅਦ ਪ੍ਰੋਬੇਬਲੀ ਆਫੀਸਰ ਜਿਹੜਾ ਬਾਰਡਰ ਤੇ ਸੀਗਾ ਵਾਸ ਐਨ ਇੰਡੀਅਨ, ਜਾਂ ਜੇ ਇੰਡੀਅਨ ਨਹੀਂ ਵੀ ਸੀਗਾ ਸ਼ਾਇਦ ਉਹਨੂੰ ਇੰਡੀਅਨ ਤੌਰ ਤਰੀਕੇ ਪਤਾ ਸੀਗੇ। ਸੋ ਉਹਨੇ ਕੁਐਸਚਨ ਪੁੱਛਿਆ ਉਹਨੂੰ ਕੁੜੀ ਨੂੰ, ਆਰ ਯੂ ਮੈਰਿਡ? ਉਹ ਕਹਿੰਦੀ ਨੋ, ਆਈ ਐਮ ਸਿੰਗਲ। ਹੁਣ ਕੁੜੀ ਨੇ ਕਿਹਾ ਨੋ ਆਈ ਐਮ ਸਿੰਗਲ, ਵਾਏ?
ਬਿਕੋਜ਼ ਉਹਦੀ ਜਿਹੜੀ ਵੀਜ਼ਾ ਐਪਲੀਕੇਸ਼ਨ ਫਾਈਲ ਸੀਗੀ ਉਹ ਇੱਕ ਸਿੰਗਲ ਐਪਲੀਕੈਂਟ ਦੀ ਫਾਈਲ ਸੀ, ਉਹ ਕਹਿ ਕੇ ਉਹ ਫਾਰਮ ਲਗਾ ਕੇ ਉਹਨੇ ਵੀਜ਼ਾ ਲਿਆ ਸੀ, ਔਰ ਉਹ ਵੀਜ਼ਾ ਆਫੀਸਰ ਕੈਨੇਡਾ ਬਾਰਡਰ ਤੇ ਬਹਿ ਕੇ, ਕੈਨੇਡਾ ਦੇ ਵਿੱਚ ਏਅਰਪੋਰਟ ਤੇ ਬਹਿ ਕੇ ਉਹ ਫਾਰਮ ਐਕਸੈਸ ਕਰ ਸਕਦਾ ਜਿਹੜਾ ਫਾਰਮ ਅੰਬੈਸੀ ਦੇ ਵਿੱਚ ਲੱਗਾ ਸੀ, ਜਿਹੜਾ ਅੰਬੈਸੀ ਚ ਭਰ ਕੇ ਗਿਆ ਸੀ ਜਿਸ ਚ ਇਨਫੋਰਮੇਸ਼ਨ ਗਈ ਸੀ। ਸੋ ਵੈਨ ਸ਼ੀ ਸੈਡ ਨੋ ਆਈ ਐਮ ਸਿੰਗਲ, ਤੇ ਵੀਜ਼ਾ ਆਫੀਸਰ ਦਾ ਅਗਲਾ ਸਵਾਲ ਸੀਗਾ ਜਿਹੜਾ ਤੂੰ ਹੱਥ ਚ ਚੂੜਾ ਪਾਇਆ ਕੀ ਇਹ ਸਿੰਗਲ ਕੁੜੀਆਂ ਪਾਉਂਦੀਆਂ? ਦ ਗਰਲ ਹੈਡ ਨੋ ਆਨਸਰ। ਸੋ ਪ੍ਰੋਬੇਬਲੀ ਉਹਨੂੰ ਲੱਗਾ ਕਿ ਕਿਸੇ ਨੂੰ ਕੋਈ ਮੈਨੂੰ ਇਹ ਸਵਾਲ ਪੁੱਛੇਗਾ ਨਹੀਂ, ਪ੍ਰੋਬੇਬਲੀ ਉਹਨੇ ਕਦੀ ਐਕਸਪੈਕਟ ਨਹੀਂ ਸੀ ਕੀਤਾ ਕਿ ਇਦਾਂ ਦਾ ਸਵਾਲ ਵੀ ਏਅਰਪੋਰਟ ਤੇ ਪਹੁੰਚ ਕੇ ਪੁੱਛਿਆ ਜਾ ਸਕਦਾ। ਸ਼ੀ ਵਾਜ਼ਨਟ ਪ੍ਰਪੇਅਰਡ, ਸ਼ੀ ਵਾਜ਼ਨਟ ਰੈਡੀ ਫॉर ਇਟ। ਸੋ ਜਦੋਂ ਉਹਨੇ ਪੁੱਛਿਆ ਕਿ ਕੀ ਇਹ ਚੂੜਾ ਸਿੰਗਲ ਗਰਲਸ ਪਾਉਂਦੀਆਂ, ਤੇ ਦੈਨ ਦ ਗਰਲ ਚੇਂਜਡ ਹਰ ਆਨਸਰ। ਜੋ ਉਹਨੇ ਜਵਾਬ ਦੇਣਾ ਸ਼ੁਰੂ ਕਰਤਾ ਭਾਈ ਕਿ ਨਹੀਂ, ਜਦੋਂ ਮੇਰਾ ਵੀਜ਼ਾ ਅਪਲਾਈ ਹੋਇਆ, ਜਦੋਂ ਮੈਂ ਵੀਜ਼ਾ ਲਿਆ ਸੀ ਉਦੋਂ ਮੈਂ ਸਿੰਗਲ ਸੀ, ਜਦੋਂ ਮੈਂ ਵੀਜ਼ਾ ਲੈ ਲਿਆ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ, ਤੋ ਨਾਓ ਆਈ ਐਮ ਮੈਰਿਡ, ਤੇ ਉਦੋਂ ਮੈਂ ਸਿੰਗਲ ਸੀ। ਸੋ ਜਦੋਂ ਇਹ ਚੀਜ਼ ਹੋਈ ਤਾਂ ਵੀਜ਼ਾ ਆਫੀਸਰ ਸਟ੍ਰੇਟ ਵੇ ਨੈਕਸਟ ਕੁਐਸਚਨ ਸੀ ਕੀ ਤੂੰ ਸਾਨੂੰ ਇਨਫੋਰਮ ਕੀਤਾ ਦੈਟ ਯੋਰ ਵੀਜ਼ਾ ਸਟੇਟਸ ਯਰ ਯਾ ਯੋਰ ਸਟੇਟਸ ਚੇਂਜਡ, ਯੋਰ ਕੰਡੀਸ਼ਨਸ ਚੇਂਜਡ ਬਿਫੋਰ ਯੂ ਟਰੈਵਲਡ, ਤੇ ਤੂੰ ਸਾਨੂੰ ਇਨਫੋਰਮ ਨਹੀਂ ਕੀਤਾ। ਐਂਡ ਨਾਓ ਜਦੋਂ ਮੈਂ ਤੈਨੂੰ ਪੁੱਛਿਆ ਕਿ ਤੂੰ ਸਿੰਗਲ ਹੈ ਕਿ ਮੈਰਿਡ, ਤੇਰਾ ਪਹਿਲਾਂ ਜਵਾਬ ਸੀਗਾ ਮੈਂ ਸਿੰਗਲ ਹਾਂ। ਸੋ ਉਹਨੂੰ ਵੀ ਹੋਰ ਕੁਐਸਚਨਿੰਗ ਹੋਈ, ਸਾਰਾ ਕੁਝ ਹੋਇਆ, ਅਲਟੀਮੇਟਲੀ ਦ ਰਿਜ਼ਲਟ ਵਾਸ ਦ ਗਰਲ ਵਾਸ ਡਿਪੋਰਟਡ ਬੈਕ ਟੂ ਇੰਡੀਆ। ਵਾਪਸ ਅਗਲੀ ਫਲਾਈਟ ਦੇ ਵਿੱਚ ਬਿਠਾ ਕੇ ਉਹਨੂੰ ਹਿੰਦੁਸਤਾਨ ਵਾਲੇ ਪਾਸੇ ਨੂੰ ਤੋਰ ਦਿੱਤਾ ਗਿਆ। ਇਨਐਡਮਿਸੀਬਿਲਿਟੀ ਇਜ਼ ਦੀ ਵਰਡ ਜਿਹੜਾ ਇਸ ਸਾਰੀਆਂ ਕੰਟਰੀਆਂ ਦੇ ਵਿੱਚ ਕਿਹਾ ਜਾਂਦਾ। ਇਨਐਡਮਿਸੀਬਿਲਿਟੀ ਦਾ ਮਤਲਬ ਹੁੰਦਾ ਕਿ ਤੁਹਾਨੂੰ ਕੰਟਰੀ 'ਚ ਵੜਨ ਦੀ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ। ਵੀਜ਼ਾ ਇਜ਼ ਕਿ ਤੁਸੀਂ ਉਸ ਕੰਟਰੀ ਜਾ ਸਕਦੇ ਹੋ, ਐਡਮਿਸੀਬਿਲਿਟੀ ਉਸ ਕੰਟਰੀ ਨੂੰ ਐਂਟਰ ਕਰ ਸਕਦੇ ਹੋ, ਵੀਜ਼ਾ ਹੈਗਾ, ਸਾਰਾ ਕੁਝ ਕੰਪਲੀਟ ਹੈ, ਬਟ ਤੁਸੀਂ ਇੱਕ ਗਲਤ ਇਨਫੋਰਮੇਸ਼ਨ ਜਾਂ ਬਾਰਡਰ ਤੇ ਉਹਨੂੰ ਲੱਗਾ ਕਿ ਨਹੀਂ ਤੁਹਾਡੀ ਇੰਟੈਂਸ਼ਨ ਜਿਹੜੀ ਹੈਗੀ ਹੈ, ਜੋ ਤੁਸੀਂ ਕਹਿ ਕੇ ਵੀਜ਼ਾ ਲਿਆ ਉਹ ਇੰਟੈਂਸ਼ਨ ਸਹੀ ਨਹੀਂ ਹੈਗੀ, ਜਾਂ ਜੋ ਕਹਿ ਕੇ ਵੀਜ਼ਾ ਲਿਆ ਉਹ ਗਲਤ ਹੈ, ਉਹ ਝੂਠ ਹੈ। ਸੋ ਇਹ ਕੁਝ ਐਗਜ਼ਾਮਪਲਸ ਨੇ, ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਸੀਗਾ। ਪਿਛਲੇ ਕੁਝ ਦੋ ਚਾਰ ਦਿਨਾਂ ਦੇ ਵਿੱਚ ਵੱਖਰੇ ਵੱਖਰੇ ਲੋਕਾਂ ਤੋਂ ਇੰਸਟੈਂਸਿਸ ਸੁਣਨ ਨੂੰ ਮਿਲੇ, ਵੱਖਰੇ ਵੱਖਰੇ ਸਟੂਡੈਂਟਸ ਤੋਂ, ਏਜੰਟ ਭਰਾ ਦੱਸਦੇ ਆ ਕਿ ਭਾਈ ਇਦਾਂ ਹੋਇਆ ਇਦਾਂ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨਾ ਜ਼ਰੂਰੀ ਵੀਜ਼ਾ ਐਪਲੀਕੇਸ਼ਨ ਇੱਕ ਚੰਗੇ ਕੰਸਲਟੈਂਟ ਨੂੰ ਦੇਣਾ, ਉਨਾ ਹੀ ਜ਼ਰੂਰੀ ਪ੍ਰੀ ਡਿਪਾਰਚਰ ਇੱਕ ਚੰਗੇ ਕੰਸਲਟੈਂਟ ਤੋਂ ਲੈਣਾ ਕਿ ਮੈਂ ਕੀ ਕੀ ਚੀਜ਼ਾਂ ਲੈ ਕੇ ਜਾਵਾਂ, ਕੀ ਕੁਐਸਚਨਸ ਪੁੱਛੇ ਜਾ ਸਕਦੇ ਆ, ਕੀ ਜਵਾਬ ਦੇਣੇ ਆ ਉਹਨਾਂ ਸਵਾਲਾਂ ਦੇ, ਇਨ ਕੇਸ ਉੱਥੇ ਏਅਰਪੋਰਟ ਤੇ ਸਟਕ ਹੋ ਜਾਂਦਾ, ਕੀ ਰਾਈਟਸ ਨੇ ਤੁਹਾਡੇ ਕੋਲ, ਕੀ ਰਿਸਪੋਨਸਿਬਿਲਿਟੀਜ਼ ਨੇ ਤੁਹਾਡੀਆਂ, ਜਦੋਂ ਤੱਕ ਤੁਹਾਡੇ ਕੋਲ ਤੁਹਾਡੇ ਕੋਈ ਕੋਈ ਲਾਇਰ ਦੀ ਤੁਹਾਨੂੰ ਹੈਲਪ ਮਿਲ ਸਕਦੀ ਹੈ, ਤੁਸੀਂ ਲੈ ਸਕਦੇ ਹੋ ਕੋਈ ਲਾਇਰ, ਤੁਸੀਂ ਔਨ ਕਾਲ ਰੱਖਿਆ ਹੋਇਆ ਕਿ ਜੇ ਇਨ ਕੇਸ ਮੈਨੂੰ ਲੋੜ ਪੈਂਦੀ ਹੈ ਤੇ ਦ ਲਾਇਰ ਵਿਲ ਬੀ ਦੇਅਰ ਟੂ ਟਾਕ ਟੂ ਦ ਇਮੀਗ੍ਰੇਸ਼ਨ ਆਫੀਸਰਸ ਐਂਡ ਆਲ ਦੈਟ ਸਟਫ। ਸੋ ਇਸ ਛੋਟੀਆਂ ਛੋਟੀਆਂ ਚੀਜ਼ਾਂ ਦਾ ਵੀ ਜੇ ਨਾਲ ਖਿਆਲ ਰੱਖਿਆ ਹੁੰਦਾ ਤੇ ਸ਼ਾਇਦ ਤਿੰਨੋਂ ਲੋਕ ਵੱਖਰੇ ਵੱਖਰੇ ਟਾਈਮ ਤੇ ਕੈਨੇਡਾ, ਆਸਟ੍ਰੇਲੀਆ, ਯੂਕੇ, ਆਪਣੀ ਆਪਣੀ ਡੈਸਟੀਨੇਸ਼ਨ ਤੇ ਪਹੁੰਚੇ ਹੁੰਦੇ। ਸੋ ਦੈਟ ਵਾਸ ਦੀ ਓਨਲੀ ਓਨਲੀ ਥਿੰਗ ਆਈ ਵਾਂਟਡ ਟੂ ਸ਼ੇਅਰ। ਸੋ ਅੱਗਿਓ ਦੀ ਅਗਲਾ ਹਫਤਾ ਵੀ ਜਿਹੜਾ ਹੈ ਮੈਂ ਸਟੂਡੈਂਟਸ ਨੂੰ ਰੈਗੂਲਰ ਬੇਸਿਸ ਤੇ ਮਿਲਾਂਗਾ। ਮੰਡੇ ਦੈਟ ਇਜ਼ ਆਈ ਥਿੰਕ 4 ਤਰੀਕ ਨੂੰ, ਮੰਡੇ ਨੂੰ ਜਲੰਧਰ ਆਫਿਸ, ਟਿਊਜ਼ਡੇ 5 ਤਰੀਕ ਨੂੰ ਅੰਮ੍ਰਿਤਸਰ, ਤੇ 6 ਤਰੀਕ ਨੂੰ ਵੈਡਨਸਡੇ ਨੂੰ ਚੰਡੀਗੜ੍ਹ ਆਫਿਸ। ਸੋ ਕੋਈ ਵੀ ਸਟੂਡੈਂਟ, ਕੋਈ ਵੀ ਵਿਜ਼ਿਟਰ, ਕੋਈ ਵੀ ਪਰਮਾਨੈਂਟ ਰੈਜ਼ੀਡੈਂਸੀ, ਕਿਸੇ ਵੀ ਤਰ੍ਹਾਂ ਦਾ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਪਰਸਨਲਾਈਜ਼ਡ ਕਾਉਂਸਲਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ।
ਫੇਸਬੁੱਕ ਦੇ ਉੱਤੇ, ਫੋਨ ਦੇ ਉੱਤੇ, ਯੂਟਿਊਬ ਦੇ ਉੱਤੇ, ਅਖਬਾਰਾਂ ਦੇ ਵਿੱਚ, ਰੇਡੀਓ ਦੇ ਉੱਤੇ ਵੀਜ਼ੇ ਨਹੀਂ ਜੇ ਲੱਗਦੇ। ਵੀਜ਼ਾ ਲੱਗਦਾ ਜਦੋਂ ਤੁਸੀਂ ਆਫਿਸ ਪਹੁੰਚਦੇ ਹੋ, ਕਿਸੇ ਕੰਸਲਟੈਂਟ ਦੇ, ਉਹਨੂੰ ਆਪਣੇ ਡਾਕੂਮੈਂਟ ਦਿਖਾਉਂਦੇ ਹੋ, ਆਪਣੀਆਂ ਸ਼ਰਤਾਂ ਦੱਸਦੇ ਹੋ ਕਿ ਮੈਂ ਕਿਹੜੀ ਕੰਟਰੀ, ਕਿਹੜੀ ਕਾਲਜ, ਕਿਹੜੇ ਕੋਰਸ 'ਚ ਜਾਣਾ ਚਾਹੁੰਦਾ, ਔਰ ਉਹਦੀਆਂ ਸ਼ਰਤਾਂ ਸੁਣਦੇ ਹੋ ਕਿ ਕਿੰਨੇ ਪੈਸੇ ਕਦੋਂ ਦੇਣੇ ਹੈ, ਕਦੋਂ ਨਹੀਂ ਦੇਣੇ। ਸੋ ਓਮ ਗਲੋਬਲ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਿੱਤੇ ਜਾਂਦੇ ਆ। ਕੋਈ ਵੀ ਬ੍ਰਾਂਚ, ਕੋਈ ਵੀ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰਦੇ ਹੋ, ਕੋਈ ਪੈਸੇ ਤੁਸੀਂ ਪਹਿਲਾਂ ਨਹੀਂ ਦੇਣੇ। ਪੈਸੇ ਤੁਸੀਂ ਉਦੋਂ ਦੇਣੇ ਆ ਜਦੋਂ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦਿੰਦੇ ਹਾਂ। ਸੋ ਵਾਂਸ ਅਗੇਨ, ਮੰਡੇ ਜਲੰਧਰ, ਟਿਊਜ਼ਡੇ ਅੰਮ੍ਰਿਤਸਰ, ਵੈਡਨਸਡੇ ਚੰਡੀਗੜ੍ਹ, ਇਹਨਾਂ ਤਿੰਨੋਂ ਆਫਿਸਿਸ ਦੇ ਵਿੱਚ ਆਪਣੇ ਡਾਕੂਮੈਂਟਸ ਲਓ। ਰਿਫਿਊਜ਼ਡ ਹੋ ਕਿਸੇ ਇੱਕ ਕੰਟਰੀ ਤੋਂ, ਅੱਜ ਵੀ ਅੰਮ੍ਰਿਤਸਰ ਦੇ ਵਿੱਚ ਤਿੰਨ ਚਾਰ ਸਟੂਡੈਂਟਸ ਨਾਲ ਮਿਲਣਾ ਹੋਇਆ, ਕੋਈ ਕੈਨੇਡਾ ਤੋਂ ਰਿਫਿਊਜ਼ ਸੀਗਾ, ਕੋਈ ਆਸਟ੍ਰੇਲੀਆ ਤੋਂ ਰਿਫਿਊਜ਼ ਸੀਗਾ, ਕਿਤੇ ਪ੍ਰੋਫਾਈਲ ਚੰਗਾ ਸੀ, ਏਜੰਟ ਦੇ ਪ੍ਰੋਫਾਈਲ ਦੀ ਖਿਚੜੀ ਬਣਾ ਕੇ ਰਿਫਿਊਜ਼ ਹੋ ਗਿਆ, ਕਿਤੇ ਪ੍ਰੋਫਾਈਲ ਇਦਾਂ ਦਾ ਸੀਗਾ ਕਿ ਵੀਜ਼ਾ ਦੇ ਚਾਂਸਸ ਘੱਟ ਨੇ, ਬੜੇ ਏਜੰਟ ਨੇ ਅਪਲਾਈ ਕਰਤਾ ਕਿ ਲੱਗ ਗਿਆ ਤੇ ਲੱਗ ਗਿਆ, ਨਹੀਂ ਲੱਗਾ ਨਾ ਸਹੀ। ਸੋ ਕਾਫੀ ਕੁਝ ਰੋਜ਼ ਸਿੱਖਣ ਨੂੰ ਮਿਲਦਾ, ਜਿਵੇਂ ਕਿ ਮੈਂ ਦੱਸਿਆ, ਕਾਫੀ ਨਵੇਂ ਸਵਾਲ ਰੋਜ਼ ਮਿਲਦੇ ਆ। ਸੋ ਤੁਹਾਡੇ ਕੁਝ ਨਵੇਂ ਸਵਾਲ, ਤੁਹਾਡੇ ਕੁਝ ਨਵੇਂ ਐਕਸਪੀਰੀਐਂਸਿਸ ਹੈਗੇ ਆ, ਸੋ ਆਈ ਐਮ ਅਵੇਲੇਬਲ ਟੂ ਮੀਟ ਆਲ ਯੂ ਪੀਪਲ ਇਨ ਜਲੰਧਰ, ਅੰਮ੍ਰਿਤਸਰ ਐਂਡ ਚੰਡੀਗੜ੍ਹ, ਮੰਡੇ, ਟਿਊਜ਼ਡੇ ਐਂਡ ਵੈਡਨਸਡੇ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ।